ਕਿਸਾਨ ਸਾਥੀਓ, ਅੱਜ ਸਰਦਾਰ ਦਿਲਬਾਗ ਸਿੰਘ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਔਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਮੈਂ ਇੰਦਰਵੀਰ ਸਿੰਘ ਕਾਦੀ ਹਾਂ। ਅਸੀਂ ਸਾਥੀਆਂ ਨੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਮਾਨਯੋਗ ਹਾਈਕੋਰਟ ਅਦਾਲਤ ਦੇ ਹੁਕਮਾਂ ਅਨੁਸਾਰ ਇਹਨਾਂ ਨੇ ਚਾਲੂ ਕੀਤਾ ਹੈ, ਉਸ ਦੇ ਵਿੱਚ ਇਹ ਬਹੁਤ ਜ਼ਿਆਦਾ ਮਨਮਾਨੀ ਕਰਨੀ ਇਹਨਾਂ ਨੇ ਸ਼ੁਰੂ ਕਰਤੀ ਹੈ, ਲੋਕਾਂ ਨਾਲ ਮਿਸਬਿਹੇਵ ਕਰਦੇ ਹੈ। ਔਰ ਉਹਦੇ ਵਿੱਚ ਜਿਹੜੇ ਸਾਡੇ ਲੋਕ ਸੰਘਰਸ਼ 'ਚ ਜਾਂਦੇ ਨੇ ਕਿਸਾਨ, ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਕਾਰ ਨਹੀਂ ਚੱਲਣੇ, ਤੁਹਾਡੀ ਗੱਡੀ ਨਹੀਂ ਲੰਘਣ ਦੇਣੀ। ਅਸੀਂ ਉਸ ਦੇ ਵਾਸਤੇ 10 ਤਰੀਕ ਦੀ ਗੁਰਦੁਆਰਾ ਸਾਹਿਬ ਬਾਬੇ ਕੇ ਗੁਰਦੁਆਰਾ ਸਾਹਿਬ ਨੂਰਪੁਰ ਬੇਟ ਦੇ ਕੋਲ ਇੱਕ ਮੀਟਿੰਗ ਰੱਖੀ ਹੈ ਵੱਡੀ। ਉਸ ਮੀਟਿੰਗ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਨੂੰ, ਯੂਨੀਅਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਤੁਸੀਂ ਆਓ, ਇਹ ਇਹਨਾਂ ਦਾ ਮਿਸਵੇ ਵੀ ਉਠਾਉਣਾ ਹੈ ਅਤੇ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਜਾਂਦੇ ਨੇ ਉਹਨਾਂ ਨੂੰ ਜਿਹੜਾ ਇਹ ਰੋਕਦੇ ਨੇ, ਉਹਨਾਂ ਦੇ ਨਾਲ ਮਿਸਬਿਹੇਵ ਕਰਕੇ ਉਹਨਾਂ ਤੋਂ ਵਸੂਲੀ ਕਰਦੇ ਨੇ, ਉਹ ਵੀ ਬੰਦ ਕਰਨੀ ਹੈ। ਔਰ ਕਿਸਾਨੀ ਕਾਰਡ ਉਸੇ ਤਰ੍ਹਾਂ ਚਾਲੂ ਕਰਨੇ ਨੇ, ਸੰਘਰਸ਼ ਜਾਣ ਵਾਲੇ ਲੋਕਾਂ ਨੂੰ ਇਹ ਕਦੇ ਰੋਕ ਨਾ ਸਕਣ। ਸੋ ਉਹਦੇ ਵਾਸਤੇ ਇਹ ਮੀਟਿੰਗ ਬੁਲਾਈ ਹੈ। ਸਾਰਿਆਂ ਨੂੰ ਬੇਨਤੀ ਹੈ ਕਿ 10 ਤਰੀਕ ਨੂੰ ਠੀਕ 10 ਵਜੇ ਇਸ ਮੀਟਿੰਗ 'ਚ ਪਹੁੰਚਣ ਦੀ ਕਿਰਪਾਲਤਾ ਕਰੋ। ਔਰ ਦੂਸਰੀ ਗੱਲ, ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਭਾਈ ਇਹਨਾਂ ਦੀ ਜਿਹੜੀ ਮਨਮਾਨੀ ਹੈ ਉਹ ਹੱਦੋਂ ਵੱਧ ਕੇ ਹੋ ਗਈ ਹੈ, ਇਹ ਮਿਸਬਿਹੇਵ ਕਰਦੇ ਆ, ਇਹ ਸਾਡੇ ਕਿਸਾਨਾਂ ਨੂੰ ਸੰਘਰਸ਼ 'ਚ ਜਾਂਦਿਆਂ ਨੂੰ ਪਰਚੀ ਕਰਦੇ ਆ, ਰੋਕਦੇ ਆ, ਖੱਜਲ ਖੁਆਰ ਕਰਦੇ ਆ। ਅਸੀਂ ਸਾਰੀਆਂ ਹੀ ਜਥੇਬੰਦੀਆਂ ਰਲ ਕੇ, ਕਿਉਂਕਿ ਮੈਨੂੰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਸ ਅੰਦੋਲਨ 'ਚ ਨਹੀਂ ਵੀ ਆ ਸਕੀਆਂ ਪਹਿਲਾਂ, ਉਹਨਾਂ ਦੇ ਵੀ ਫੋਨ ਕਾਲਾਂ ਆਈਆਂ ਨੇ ਔਰ ਦਿਲਬਾਗ ਜੀ ਨੂੰ ਵੀ ਆਈਆਂ ਨੇ। ਮੈਂ ਇਹ ਕਹਾਂਗਾ ਕਿ ਅਸੀਂ ਸਾਰਿਆਂ ਨੇ ਪ੍ਰਣ ਕਰ ਲਿਆ, ਜੇਕਰ ਪ੍ਰਸ਼ਾਸਨ ਨੇ ਇਹਨਾਂ ਦੇ ਨੱਥ ਨਾ ਪਾਈ, ਇਹਨਾਂ ਨੇ ਸਾਡੇ ਕਿਸਾਨਾਂ ਨਾਲ ਸੰਘਰਸ਼ 'ਤੇ ਜਾਂਦਿਆਂ ਨਾਲ ਮਿਸਬਿਹੇਵ ਕੀਤਾ, ਉਹਨਾਂ ਨੂੰ ਇਹ ਆਖਿਆ ਵੀ ਬਿਲਕੁਲ ਤੁਹਾਡੇ ਕਿਸਾਨ ਕਾਰਡ ਨਹੀਂ ਚੱਲਣੇ, ਅਤੇ ਫਿਰ ਭਾਈ ਇਹਨੂੰ ਅਸੀਂ ਪੱਕੇ ਤੌਰ 'ਤੇ ਫਿਰ ਮੋਰਚਾ ਲਾ ਕੇ ਇਹਨੂੰ ਫਰੀ ਕਰਾਂਗੇ। ਅਸੀਂ ਮਾਨਯੋਗ ਸਾਡੀ ਹਾਈਕੋਰਟ ਦਾ ਸਨਮਾਨ ਕਰਦੇ ਹਾਂ, ਪਰ ਜਦੋਂ ਲੋਕਾਂ ਦੀ ਆਸ ਟੁੱਟ ਜਾਵੇ ਇਨਸਾਫ ਦੀ ਸਾਡੀ ਜਿਹੜੀ ਮਾਨਯੋਗ ਸਰਵਉੱਚ ਅਦਾਲਤ ਤੋਂ, ਅਤੇ ਫਿਰ ਲੋਕਾਂ ਦੇ ਕੋਲ ਇੱਕੋ ਰਸਤਾ ਰਹਿ ਜਾਂਦਾ, ਸੰਘਰਸ਼ ਦਾ ਰਸਤਾ, ਪ੍ਰੋਟੈਸਟ ਦਾ ਰਸਤਾ, ਅਤੇ ਉਹ ਫਿਰ ਸੜਕਾਂ 'ਤੇ ਆਇਆ ਕਰਦੇ ਆ, ਅਤੇ ਫਿਰ ਉਹ ਸੜਕਾਂ 'ਤੇ ਆਉਣਗੇ। ਅਸੀਂ 10 ਤਰੀਕ ਨੂੰ ਮੀਟਿੰਗ ਕਰਕੇ ਫਿਰ ਆਉਣ ਵਾਲੇ ਸਮੇਂ 'ਚ ਜਲਦ ਵੱਡੀ ਕਾਲ ਦੇਵਾਂਗੇ। ਸੋ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਇਹਦੇ 'ਤੇ ਧਿਆਨ ਦੇਣ ਔਰ ਇਹ ਟੋਲ ਵਾਲਿਆਂ ਨੂੰ ਜਾ ਕੇ ਸਮਝਾਇਆ ਜਾਵੇ ਕਿ ਭਾਈ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ ਬੰਦ ਕਰੋ, ਜਿਹੜੇ ਕਿਸਾਨ ਰੋਜ਼ ਮੋਰਚਿਆਂ 'ਤੇ ਜਾਂਦੇ ਆ, ਔਰ ਕਿਉਂਕਿ ਮੋਰਚਾ ਦਾ ਛੰਭੂ ਵੀ ਚੱਲ ਰਿਹਾ, ਖਨੌੜੀ ਵੀ ਚੱਲ ਰਿਹਾ, ਡੱਬਲ ਵੀ ਚੱਲ ਰਿਹਾ ਔਰ ਸਾਡਾ ਰਤਨਗੜ੍ਹ ਵੀ ਚੱਲ ਰਿਹਾ। ਸੋ ਇਸ ਕਰਕੇ ਕਿਸਾਨਾਂ ਨੇ ਰੋਜ਼ ਜਾਣਾ ਹੁੰਦਾ ਅਤੇ ਰੋਜ਼ ਉਹਨਾਂ ਨੂੰ ਖੱਜਲਖੁਆਰੀ ਬੰਦ ਕਰਨ, ਨਹੀਂ ਤਾਂ ਫਿਰ ਮਜ਼ਬੂਰਨ ਸਾਨੂੰ ਫਿਰ ਇਹ ਟੋਲ ਫਰੀ ਕਰਾਉਣਾ ਪਊਗਾ ਅਤੇ ਫਿਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਫਿਰ ਸਾਨੂੰ ਦੋਸ਼ੀ ਕਰਾਰ ਨਾ ਦਿੱਤਾ ਜਾਵੇ।